ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Help ਵਿੱਚ ਦੋਸਤੋ ਅੱਜ ਗੱਲ ਕਰ ਰਹੇ ਹਾਂ ਜੀ ਕੇਜਰੀਵਾਲ ਦੀ ਜਿਹੜੀ ਸਕੀਮ ਹੈ ਇਹਨਾਂ ਔਰਤਾਂ ਨੂੰ 1000 ਰੁਪਏ ਦੇਣ ਵਾਲੀ ਜਿਹੜੀ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ ਜੇ ਸਰਕਾਰ ਆਈ ਤੇ ਔਰਤਾਂ ਨੂੰ 1000 ਰੁਪਏ ਦੀ ਸਕੀਮ ਲਾਗੂ ਕੀਤੀ ਜਾਵੇਗੀ 18 ਸਾਲ ਤੋਂ ਉੱਤੇ ਜਿਹੜੀਆਂ ਵੀ ਔਰਤਾਂ ਨੇ ਪੈਣਾ ਨੇ ਠੀਕ ਹੈ ਜੀ ਉਹਨਾਂ ਦੀ ਪਰ ਦੋਸਤੋ ਹੁਣ ਆਪਾਂ ਕੁਝ ਗੱਲਾਂ ਕਰਨਾ ਚਾਹਾਂਗੇ ਜਿਹੜੀ 1000 ਰੁਪਏ ਸਕੀਮ ਠੀਕ ਹੈ ਉਹਨਾਂ ਨੇ ਉਦੋਂ ਕੁਛ ਨਹੀਂ ਦੱਸਿਆ ਸਿਰਫ ਇਹ ਕਿਹਾ ਕਿ 1000 ਰੁਪਏ ਸਕੀਮ ਹੈ ਔਰਤਾਂ ਨੂੰ ਮਿਲੇਗੀ ਠੀਕ ਹੈ ਉਹਦੇ ਬਾਰੇ ਸਾਰੀ ਗੱਲਾਂ ਕਰਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰੇ ਅਸੀਂ ਆਪਣੇ ਚੈਨਲ ਤੇ ਸੈਂਟਰ ਸਰਕਾਰ ਦੀਆਂ ਤੇ ਇੱਕ ਸਟੇਟ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਤੁਹਾਡੇ ਤੱਕ ਆਉਂਦੇ ਰਹਿਣੇ ਆ ਤੇ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਲਿਓ ਦੋਸਤੋ ਸਭ ਤੋਂ ਪਹਿਲਾਂ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਹਾਂ ਉਹਦਾ ਇੱਕ ਕਾਰਨ ਹੈ ਕਾਰਨ ਕੀ ਹੈ ਜੀ ਕਿਉਂਕਿ ਜਦੋਂ ਸਰਕਾਰ ਹਜੇ ਆਈ ਨਹੀਂ ਸੀ ਉਹਨਾਂ ਨੇ ਗਰੰਟੀ ਕੀਈ ਈ ਸੀ ਕਿ ਬਿਜਲੀ ਮਹਿੰਗਾਈ ਦੇ ਬਾਰੇ ਕੀ ਗਰੰਟੀ ਕਹੀ ਸੀ ਕਿ ਜਿਹੜੀ ਬਿਜਲੀ ਹੈ 300 ਯੂਨਿਟ ਮਾਫ ਹੋਏਗੀ ਤੇ 2 ਮਹੀਨਿਆਂ ਦੀ 600 ਹੋਗੀ ਯਾਨੀ 600 ਯੂਨਿਟ ਮਾਫ ਹੋਏਗੀ ਠੀਕ ਹੈ ਉਸ ਤੋਂ ਬਾਅਦ ਉਹ ਕੀ ਕਿਹਾ ਸੀ ਜਿਹੜੀ ਉੱਤੇ ਆਏਗੀ ਸਿਰਫ ਮਨ ਲਓ 5 ਯੂਨਿਟ ਉੱਤੇ ਆ ਗਈ 5 ਦਾ ਹੀ ਬਿੱਲ ਦੇਣਾ ਪਏਗਾ ਫਿਰ ਹੁਣ ਇਹਨਾਂ ਨੇ ਕੰਡੀਸ਼ਨ ਵਿੱਚ ਰੱਖਤੀ ਕਿ ਜਿਹੜੇ ਜਰਨਲ ਬੰਦੇ ਨੇ ਠੀਕ ਹੈ ਜਰਨਲ ਨੇ ਉਹਨਾਂ ਨੂੰ ਇਹ ਸਕੀਮ ਲਾਗੂ ਨਹੀਂ ਹੋਗੀ ਅਗਰ ਉਹ 600 ਯੂਨਿਟ ਫੂਕਦੇ ਆ ਫਿਰ ਤਾਂ ਠੀਕ ਹੈ ਅਗਰ 605 ਫੂਕਲੀਆਂ ਤੇ 605 ਦਾ ਹੀ ਬਿੱਲ ਦੇਣਾ ਪਏਗਾ ਬਲਕਿ ਇਦਾਂ ਨਹੀਂ ਹੋਣਾ ਚਾਹੀਦਾ ਅਗਰ ਉਹ ਸਕੀਮ ਹੈ ਕਿਉਂਕਿ ਬੋਟਾਂ ਉਹਨਾਂ ਨੇ ਵੀ ਉਹਨਾਂ ਦੀ ਬੋਟਾਂ ਦੀ ਵੀ ਉਨੀ ਵੈਲਿਊ ਸੀ ਤੇ ਜਿਹੜੇ ਐਸਈਬੀਸੀ ਨੇ ਉਹਨਾਂ ਦੀ ਵੀ ਬੋਟਾਂ ਦੀ ਵੈਲਿਊ ਉਨੀ ਹੀ ਸੀ ਉਸੇ ਕਰਕੇ ਆਪਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਔਰਤਾਂ ਦੀ 1000 ਰੁਪਏ ਸਕੀਮ ਹੈ ਉੱਤੇ ਉਹਦੇ ਵਿੱਚ ਵੀ ਸਰਕਾਰ ਕੋਈ ਸ਼ਰਤ ਨਾ ਰੱਖ ਦੇ ਕੀ ਸ਼ਰਤ ਰੱਖ ਸਕਦੀ ਹੈ ਦੋਸਤੋ ਜਿੱਥੋਂ ਤੱਕ ਹੁਣ ਸੁਣਨ ਨੂੰ ਆਇਆ ਹੈ ਕਿ ਇਹ ਸ਼ਰਤਾਂ ਹੋ ਸਕਦੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਕੀ ਸ਼ਰਤ ਹੈ ਜੀ ਕਿ ਜਿਹੜੀ ਔਰਤ ਹੈ ਉਹ ਸਰਕਾਰੀ ਨੌਕਰੀ ਨਾ ਲੱਗੀ ਹੋਵੇ ਠੀਕ ਹੈ ਹੁਣ ਉਹਰੇ ਫੇਰ ਉਹ ਹੀ ਗੱਲ ਆ ਜਾਂਦੀ ਹੈ ਕਿ ਜਿਹੜੀ ਸਰਕਾਰੀ ਨੌਕਰੀ ਲੇਡੀ ਲੱਗੀ ਹੋਈ ਹੈ ਉਨ ਜਿਹੜੋ ਆਪ ਪਾਰਟੀ ਨੂੰ ਵੋਟ ਪਾਈ ਸੀ ਕੀ ਉਹਦੀ ਕੀਮਤ ਘਟ ਸੀ ਠੀਕ ਹੈ ਦੂਸਰੀ ਗੱਲ ਜਿਹੜੇ ਪ੍ਰਾਈਵੇਟ ਕੋਈ ਲੇਡੀਜ਼ ਕੰਮ ਕਰ ਰਹੀ ਹੈ ਉਹਦੀ 15000 ਤੋਂ ਤਨਖਾਹ ਜ਼ਿਆਦੀ ਨਹੀਂ ਹੋਣੀ ਚਾਹੀਦੀ ਕਹਿਣ ਦਾ ਮਤਲਬ ਉਹਰੇ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਉਹਦਾ ਇਨਕਮ ਟੈਕਸ ਪੇ ਨਹੀਂ ਹੋਵੇ ਘਰ ਦੇ ਵਿੱਚੋਂ ਕੋਈ ਠੀਕ ਹੈ ਉਹਨਾਂ ਔਰਤਾਂ ਨੂੰ ਮਿਲੇਗੀ ਜਾਂ ਫਿਰ ਸਕੀਮ ਇਹ ਵੀ ਰੱਖ ਸਕਦੇ ਨੇ ਜਿਨ੍ਹਾਂ ਦੇ ਘਰੇ ਕੋਈ ਜਵਾਕ ਮੁੰਡਾ ਜਾਂ ਉਹਨਾਂ ਦਾ ਹਸਬੰਡ ਜਾਂ ਫਿਰ ਕੋਈ ਵੀ ਪਿਤਾ ਸਰਕਾਰੀ ਨੌਕਰੀ ਲੱਗਿਆ ਹੋਇਆ ਉਹਨਾਂ ਔਰਤਾਂ ਨੂੰ ਵੀ ਇਹ ਜਿਹੜਾ ਸਕੀਮ ਲਾਗੂ ਨਹੀਂ ਹੋਏਗੀ ਇਹ ਸਕੀਮ ਕੁਝ ਰੱਖ ਸਕਦੇ ਨੇ ਕਿਉਂਕਿ ਜਦੋਂ ਵੀ ਵੋਟਾਂ ਪੈਂਦੀਆਂ ਨੇ ਸਰਕਾਰਾਂ ਕੀ ਕਰਦੀਆਂ ਨੇ ਜਿਹੜੇ ਇੱਕ ਲੁਹਾਵਣੇ ਵਾਅਦੇ ਹੁੰਦੇ ਨੇ ਉਹ ਸਿਰਫ ਜਨਤਾ ਨੂੰ ਦਿਖਾਉਂਦੀ ਹੈ ਆਪਾਂ ਵੀ ਉਸ ਤੋਂ ਅੱਗੇ ਕੁਝ ਨਹੀਂ ਸੋਚਦੇ ਨਾ ਉਹਨਾਂ ਤੋਂ ਪੁੱਛਦੇ ਆ ਵਿਚਾਰਾ ਤੁਸੀਂ ਇਹ ਤੇ ਕਹਤਾਂ ਕੀ ਇਸਕੀ ਮਿਲੇਗੀ ਇਹਦੀਆਂ ਸ਼ਰਤਾਂ ਵੀ ਦੱਸ ਦੋ ਇਹਦੇ ਨਿਯਮ ਦੱਸ ਦੋ ਵੀ ਸਾਨੂੰ ਕੀ ਕਿਹੜੇ-ਕਿਹੜੇ ਬੰਦੇ ਇਹਨੂੰ ਅਪਲਾਈ ਕਰਨਗੇ ਆਪਾਂ ਨਹੀਂ ਕਰਦੇ ਕਿਉਂਕਿ ਆਪਾਂ ਉਸ ਟਾਈਮ ਫ੍ਰੀ ਦੇ ਚੱਕਰ 'ਚ ਆਏ ਨੇ ਆ ਪਰ ਸਰਕਾਰਾਂ ਜਦੋਂ ਇੱਕ ਵਾਰ ਜਿੱਤ ਜਾਂਣ ਉਸ ਤੋਂ ਬਾਅਦ ਕੋਈ ਨਾ ਕੋਈ ਕੰਡੀਸ਼ਨ ਰੱਖ ਦਿੰਦੀਆਂ ਜਿਵੇਂ ਜਿਵੇਂ ਕੀ ਬਿਜਲੀ ਯੂਨਿਟ ਮਾਫ ਮਾਫ ਹੋ ਜਿਹੜੀ ਮਾਮਲਾ ਆ ਉਹਦੇ ਵਿੱਚ ਹੋਇਆ ਕਿ ਜਿਹੜੇ ਐਸਸੀਬੀਸੀ ਨੇ ਉਹਨਾਂ ਦੀ 300 300 600 ਰੁਪਏ 600 ਯੂਨਿਟ ਮਾਫ ਹੋ ਗਈ ਪਰ ਜਿਹੜੀ ਜਰਨਲ ਨੇ ਠੀਕ ਹੈ ਕਸੂਰ ਤੇ ਉਹਨਾਂ ਦਾ ਆ ਕਿ ਜੇ ਉਹ 600 ਤੋਂ ਉੱਤੇ ਫੁੱਕਣਗੇ ਤੇ ਉਹਨਾਂ ਦਾ ਬਿੱਲ ਪੂਰਾ ਹੀ ਆਏਗਾ ਯਾਨੀ 605 ਦਾ ਜੇ ਉਹ ਫੁੱਕਣਗੇ 5 ਉੱਤੇ ਫੁੱਕਣਗੇ ਤੇ 605 ਦਾ ਹੀ ਬਿੱਲ ਆਏਗਾ ਇਹ ਬਹੁਤ ਵੱਡੀ ਗਲਤ ਗੱਲ ਹੈ ਦੋਸਤੋ ਕਿਉਂਕਿ ਉਹਨਾਂ ਦੇ ਵੀ ਵੋਟ ਦੀ ਓਨੀ ਕੀਮਤ ਸੀ ਕਿਉਂਕਿ ਅਗਰ ਜੇ ਸੀਐਮ ਸਾਰਿਆਂ ਦਾ ਆ ਤੇ ਸਾਰਿਆਂ ਨੂੰ ਬਰਾਬਰ ਦਰਜਾ ਦੇਣਾ ਚਾਹੀਦਾ ਹੈ ਠੀਕ ਹੈ ਦੋਸਤੋ ਤੁਹਾਡਾ ਅਗਰ ਕੋਈ ਸੁਝਾਅ ਹੈ ਤੇ ਸਾਨੂੰ ਕਮੈਂਟ ਰਹੀਂ ਦਿਓ ਅਸੀਂ ਵੀਡੀਓ ਦੇ ਰਹੇ ਆਪਣੇ ਸੀਐਮ ਭਗਵੰਤ ਮਾਨ ਜੀ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਹੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰਿਓ ਤੇ ਬੈਲ ਆਈਕਨ ਤੇ ਬਟਨ ਨੂੰ ਵੀ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਧੰਨਵਾਦ ਦੋਸਤੋ ਜੈ ਹਿੰਦ